ਮਨਦੀਪ ਨੀਰਾ ਪਾ ਦੇ ਪਸ਼ੂਆਂ ਨੂੰ ਜਾਂ ਬਈ ਟਿੰਡੇ ਚ ਕਾਲਿਆਂ ਨੂੰ ਰੇਸ਼ਮ ਨੂੰ ਲੈ ਜਾ ਨਾਲ। ਪਤਾ ਹੀ ਨੀ ਕੀ ਕਰਦੇ ਫਿਰ ਕਿੱਧਰ ਵਗ ਜਾਂਦੇ ਨੇ। ਉਹ ਨੀਰੇ ਪਾਈ ਜਾਂਦਾ ਤਰੀ ਨੂੰ ਚੱਪਲਾਂ ਪਈ ਜਾਂਦੀਆਂ ਇਹ ਤਾਂ ਓਏ ਪੁੱਛੀ ਤਾਂ ਸੀ ਕੀ ਗੱਲ ਹੋ ਗਈ। ਕਹਿੰਦਾ ਕੀ ਗੱਲ ਹੋ ਗਈ ਓਏ ਚੱਪਲਾਂ ਹੀ ਵੱਜੀ ਜਾਂਦੀਆਂ। ਇਹ ਨਾ ਚੱਪਲ ਟੁੱਟ ਗਈ ਸੀ ਯਾਰ, ਤਾਂ ਕਰਕੇ ਮੇਰੀ ਬੀਬੀ ਕਹਿੰਦੀ ਬਾਹਰ ਸੁੱਟ ਦੇ। ਮੈਂ ਕਿਹਾ ਚੱਲ ਇਹਨੂੰ ਬਾਹਰ ਹੀ ਸੁੱਟ ਦਿੰਦੇ ਆ। ਬਾਈ ਓਏ ਮੈਂ ਤੈਨੂੰ ਇੱਕ ਗੱਲ ਪੁੱਛਾਂ ਯਾਰ, ਟਿੰਡੇ ਵੀ ਨੀ ਚੁੱਕਦਾ ਤੂੰ ਐਦਾਸ ਜਿਹਾ ਤਾਂ ਮੂੰਹ ਜਿਹਾ ਤਰ੍ਹਾਂ ਜਿਹਾ ਤਾਂ ਹੋਇਆ ਪਿਆ ਅੱਜ। ਉਹ ਯਾਰ ਮੈਂ ਸੋਚਦਾ ਘਰੇ ਕਲੇਸ਼ ਕਰੀ ਟਿੰਡੇ ਚੁੱਕ ਲਓ, ਟਿੰਡੇ ਚੁੱਕ ਲਓ ਬਈ ਖਿੜੇ ਕਿਉਂ ਨੀ ਗੇ। ਖਿੜੇ ਤਾਂ ਯਾਰ ਕੰਪਨੀ ਵਾਲਾ ਕਹਿਣ ਵਾਲਾ ਉਹਨਾਂ ਨੂੰ ਯਾਰ ਬਾਈ, ਉਹ ਲਾ ਕੇ ਬੋਰਡ ਵੱਡੇ ਵੱਡੇ, ਸਾਡਾ ਆਹ ਵੀ ਚੰਗਾ ਨਿੱਤ ਨਵੀਂ ਸਪਰੇ ਆ ਗਈ, ਟਿੰਡੇ ਖਿੜਦੇ ਨੀ ਉਹ ਰੀਬਨ ਜੇ ਲਾ ਜਾਂਦੇ ਬਾਈ ਹਨਾ। ਇਹ ਜੱਟਾਂ ਨੂੰ ਕੀ ਸਮਝਦੇ ਰਹੇ ਪਤਾ ਨੀ ਬਾਈ ਯਾਰ। ਹੈਂ ਹੱਲ ਤਾਂ ਹਜੇ ਤੱਕ ਹੋਇਆ ਨੀ, ਹੁਣ ਤਾਂ ਲੈ ਕੇ ਵੈਸੇ ਘਰੋਂ ਘਰੀ ਹੈ। ਉਹ ਬਾਈ ਨੂੰ ਪੁੱਛਾਂਗੇ ਓਏ ਹੋ ਆਉਂਦਾ। ਹਾਂ ਹੋ ਆਈ ਜਾਂਦਾ, ਉਹਨੂੰ ਪੁੱਛਦੇ ਆ ਬਾਈ ਨਾਲ ਕਰਦੇ ਗੱਲ। ਯਾਰ ਟਿੰਡੇ ਕੰਪਨੀ ਵਾਲਿਆਂ ਨੇ ਖੜਿਆ ਕਿਉਂ ਨੀ ਯਾਰ, ਬਾਈ ਦੱਸੋ ਉਹਨੂੰ ਸਾਰਾ ਪਤਾ ਹੀ ਹੋਊ ਉਸ ਗੱਲ। ਨਹੀਂ ਜੇ ਕੰਪਨੀ ਵਾਲੇ ਕਹਿ ਦੇਣ ਬਾਈ ਖਿੜ ਜਾਣਗੇ, ਉਹ ਐਂ ਤਾਂ ਕੀ ਖੜਨਗੇ। ਅੱਛਾ ਕੇ ਹਾਂ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਕਿਵੇਂ ਆ ਬਾਈ? ਬਾਈ ਯਾਰ ਅੱਜ ਤਾਂ ਅਸੀਂ ਬਸ ਮੂਡ ਹੀ ਹੈ ਨੀ ਯਾਰ, ਬੜਾ ਮਨ ਖਰਾਬ ਹੋ ਗਿਆ। ਆ ਟਿੰਡਿਆਂ ਦੀ ਗੱਲ ਸੀ, ਮੱਥਾ ਮਾਰੀ ਜਾਂਦੇ ਸੀ ਯਾਰ। ਕਿਉਂ ਇਹਦਾ ਹੱਲ ਦੱਸ ਕੇ ਆ ਬਾਈ ਯਾਰ, ਵੀ ਆਹ ਟਿੰਡਾ ਜਿਹੜੇ ਕੰਪਨੀ ਵਾਲੇ ਖੜਿਆ ਦੇਣਗੇ ਹੁਣ। ਕੰਪਨੀ ਵਾਲਿਆਂ ਨੇ ਤਾਂ ਆਪਦੇ ਟਿੰਡੇ ਖੜਾ ਲਏ, ਆਪਾਂ ਦਾ ਕੀ ਫਿਕਰ ਹੈ ਉਹਨਾਂ ਨੂੰ। ਉੱਥੇ ਸਾਡੇ ਨਾ ਆਪਣੇ 3 ਕਿੱਲਿਆਂ ਚ ਬੋਰਡ ਲਾ ਗਏ ਬਈ, ਖੱਟਾ ਤੇ ਰੀਬਨ ਚ ਲਾ ਗਏ ਹੋਰ ਹੀ। ਅੱਛਾ ਤੇ ਕਹਿੰਦੇ ਸਾਡਾ ਆਹ ਕਰੋ ਸਾਡਾ ਆਹ ਕਰੋ ਯਾਰ, ਜ਼ਿਮੀਦਾਰ ਹੁਣ ਕੀ ਕਰੇ ਯਾਰ ਬਾਈ। ਬਾਈ ਕੁਛ ਨੀ, ਇਹਨਾਂ ਕੰਪਨੀਆਂ ਦੀ ਸਪਰੇਆਂ ਵਾਲੀਆਂ ਜਿਹੜੀਆਂ ਕੰਪਨੀਆਂ ਹੁੰਦੀਆਂ, ਇਹਨਾਂ ਦੀ ਜਦੋਂ ਮੀਟਿੰਗ ਨੀ ਹੁੰਦੀ ਹੁੰਦੀ। ਹਾਂ ਬਾਈ, ਇੱਕ ਤਾਂ ਹੁੰਦੇ ਕਿਸਾਨ ਨਾਲ ਕਿਸਾਨਾਂ ਨੂੰ ਸੱਦ ਦਿੰਦੇ ਮੀਟਿੰਗ ਹੁੰਦੀ ਹੁੰਦੀ ਆ, ਉਦੋਂ ਤਾਂ ਦੱਸ ਦਿੰਦੇ ਵੀ ਆਹ ਸਪਰੇ ਸਾਡੀ ਬਹੁਤ ਚੰਗੀ ਹੈ ਜੀ ਹਨਾ, ਆਹ ਲੈ ਜਾਓ ਤੁਹਾਨੂੰ ਸਸਤੀ ਪਊਗੀ। ਸਹੀ ਗੱਲ ਕਹਿੰਦੇ ਹੁੰਦੇ ਨਾ ਵੀ ਸਸਤੀ ਪਊਗੀ। ਇੱਕ ਇਹਨਾਂ ਦੀ ਆਪਦੀ ਮੀਟਿੰਗ ਹੁੰਦੀ ਹੁੰਦੀ ਆ। ਅੱਛਾ ਸਪਰੇ ਵਾਲਿਆਂ ਦੀ? ਸਪਰੇ ਵਾਲਿਆਂ ਦੀ। ਅੱਛਾ ਇਹਨਾਂ ਦੇ ਜਿਹੜੇ ਡੀਲਰ ਹੁੰਦੇ ਆ ਤੇ ਹੋਰ ਹੁੰਦੇ ਆ, ਉਹ ਡੀਲਰਾਂ ਨੂੰ ਕਹਿੰਦੇ ਹੁੰਦੇ ਆ ਵੀ ਜਿਹੜਾ ਕਿਸਾਨ ਆ ਉਹ ਇੱਕ ਮੱਝ ਆ। ਮੱਝ? ਮੱਝ। ਅੱਛਾ ਤੇ ਆਪਾਂ ਜਿਹੜੇ ਹੈਗੇ ਆ ਮਨ ਦੂਜੇ ਵੇਚਣ ਵਾਲੇ ਉਹ ਹੈਗੇ ਚਿੱਚੜ, ਐ ਚੁੰਬੜੇ ਹੋਏ ਆ ਇਹਨੂੰ, ਵੀ ਇਹ ਚ ਓਨਾ ਕ ਖੂਨ ਰੱਖਣਾ ਵੀ ਜਿੰਨੇ ਨਾਲ ਆਪਣਾ ਕੰਮ ਚੱਲਦਾ ਹੋ ਜੇ, ਇਹਨੂੰ ਮਰਨ ਨੀ ਦੇਣਾ ਮੱਝ ਨੂੰ। ਅੱਛਾ ਜੇ ਹੱਟੀ ਕੱਟੀ ਹੋਗੀ ਤਗੜੀ ਹੋਗੀ ਫੇਰ ਵੀ ਚਿੱਚੜ ਮਨ ਛੱਡਦਾ ਨੀ, ਇਹਨੂੰ ਐ ਮਰੂਜ ਹੀ ਰੱਖਣਾ ਵੀ ਆਪਣੇ ਜੋਗਾ ਖੂਨ ਰਹਿ ਜੇ। ਜੇ ਤੁਸੀਂ ਵਾਲਾ ਚੂਸ ਲਿਆ ਇਹਨੂੰ ਤੇ ਮੱਝ ਮਰ ਗਈ ਤੇ ਆਪਾਂ ਵੀ ਮਰ ਜਾਂਗੇ। ਅੱਛਾ ਪਰ ਮੱਝ ਸਮਝਦੇ ਆ? ਹਾਂ ਹੁਣ ਆਪਾਂ ਪਰ ਜਿਹੜੀ ਇਹ ਕਿਸਾਨ ਆ ਇਹ ਮੱਝ ਮਰਨ ਵਾਲੀ ਆ ਤੇ ਚਿੱਚੜ ਵੀ ਮਰਨ ਵਾਲੇ ਆ, ਇਹਨਾਂ ਨੂੰ ਐ ਨੀ ਪਤਾ ਵੀ ਇਸੇ ਤੋਂ ਤਾਂ ਪਲਦੇ ਆ। ਲੋਹੜੀ ਆਉਣ ਵਾਲੀ ਹੋਗੀ ਤੇ ਇਹਨਾਂ ਤੋਂ ਖਹਿੜਾ ਛੁੱਟਿਆ ਨੀ ਫੋਨ ਤਾਂ ਕਰਕੇ ਵੀ ਆਹ ਖੜਾ ਉਹਦੇ ਗੇੜੇ ਨੀ ਮਾਰਦੇ, ਤੁਹਾਡੇ ਨਰਮਾ ਦੇਖ ਕੇ ਹਰਾ ਜਾ ਤੁਹਾਡੇ ਮੇਲਾ ਲਾ ਦੇ ਦੁਬਾਰੇ ਸੀਜ਼ਨ ਆਉਣ ਵਾਲਾ ਹੋ ਗਿਆ ਉਦੋਂ ਫੇਰ ਚੱਕ ਲੈਣਗੇ। ਸੱਚ ਬਾਈ ਉਹ ਵੀ ਹੁੰਦੀਆਂ ਓਏ ਆਹ ਟੋਪਿਕ ਦਵਾਈ ਦੇ ਨਾਲ ਚੁਟਕਣੀਆਂ ਕੱਪੜਿਆਂ ਤੇ ਲਾਉਣ ਜਾਲੀਆਂ।
ਜ਼ਹਿਰ ਆ ਪਰ ਪਤਾ ਹੁਣ ਕੱਖ ਦਾ ਮਰਦੇ ਨੀ ਬੰਦਾ ਕਿਦੋਂ ਮਰ ਜੂਗਾ ਉਹਦੇ ਨਾਲ ਜਤਾਨੇ ਜੇ ਵੀ ਦਿੰਦੇ ਹੁੰਦੇ ਆ ਗੁੜਤਾ ਜਾ ਵੀ ਦਿੰਦੇ ਹੁੰਦੇ ਆ ਪਰ ਉਹਨਾਂ ਚ ਕਿੱਦਾਂ ਵਾ ਯਾਰ ਤਾਂ ਹੀ ਬਾਈ ਸਿਆਣੇ ਨੇ ਸਹੀ ਆਖਿਆ ਜ਼ਹਿਰਾਂ ਚ ਜ਼ਹਿਰ ਹੈ ਨੀ ਹਾਂ ਖਾਣ ਵਾਲੀਆਂ ਚੀਜ਼ਾਂ ਚ ਜ਼ਹਿਰ ਵਾਧੂ ਆ ਨਹੀਂ ਨਹੀਂ ਜ਼ਹਿਰਾਂ ਚ ਜ਼ਹਿਰ ਹੈ ਨੀ ਬੰਦਿਆਂ ਚ ਜ਼ਹਿਰ ਤੇ ਕਿਸਾਨਾਂ ਤੇ ਉਹਨਾਂ ਚ ਪਿਆਰ ਹੈ ਨੀ ਸਹੀ ਤਾਂ ਹੈਗਾ ਬਾਈ ਯਾਰ ਸਪਰੇ ਵਾਲਿਆਂ ਦਾ ਆਪਣੇ ਨਾਲ ਕੋਈ ਪਿਆਰ ਹੈ ਬਾਈ ਯਾਰ ਚਲੋ ਯਾਰ ਦੂਜਾ ਪੱਠਾ ਲਿਆ ਤੂੰ ਚੱਕ ਇਹਨੂੰ ਗੱਟੇ ਚ ਪਾ ਉਹ ਗੱਟੇ ਚ ਪਾ ਬਾਈ ਫੜੀ ਗੱਟਾ ਠੰਡ ਬਾਹਲੀ ਲੱਗਦੀ ਅੱਜ ਤਾਂ ਮੈਨੂੰ ਬਾਹਲੀ ਠੰਡ ਲੱਗੀ ਜਾਂਦੀ ਹੈ ਮਨਦੀਪ ਹੁੰਦਾ ਕਦੇ ਸੁਭਾ ਤਾਂ 6 ਵਜੇ ਤਾਂ ਡੈਡੀ ਵਗ ਜਾਂਦਾ ਅੱਛਾ 10 ਵਜੇ ਵਗ ਜਾਂਦਾ ਮਨਦੀਪ ਅੱਛਾ ਤੇ ਜਦੋਂ ਭੋਗ ਪੈਣਾ ਹੁੰਦਾ ਉਦੋਂ ਕਾਲਾ ਵਗ ਜਾਂਦਾ ਮੈਨੂੰ ਇਹ ਦੱਸ ਗੱਲ ਕੀ ਹੈ ਯਾਰ ਗੱਲ ਤਾਂ ਤੈਨੂੰ ਪਤਾ ਤਾਂ ਹੈਗਾ ਸਿਆਲ ਸਿਆਲ ਵੀ ਉੱਥੇ ਡਬੋਗੇ ਲੰਗਰ ਦਾ ਖਾਣਾ ਚਾਹੀਦਾ ਤਿੰਨੇ ਇੱਕ ਅੱਧੇ ਦਾ ਹੁੰਦਾ ਬਾਈ ਯਾਰ ਤਿੰਨ ਸਾਰੇ ਟੱਬਰ ਦਾ ਥੋੜੀ ਹੁੰਦਾ ਇੱਕ ਸਾਰੇ ਟੱਬਰ ਦਾ ਬਾਬੇ ਨੇ ਉਹ ਤੜਕੇ ਮੇਰੇ ਪਾਪਾ ਸੁਨੇਹਾ ਜਾਂਦਾ ਸੇਵਾ ਕਰਨ ਉਦੋਂ ਬਾਅਦ ਮੈਂ ਜਾਂਦਾ 8 ਵਜੇ ਸੇਵਾ ਕਰਨ ਫਿਰ ਕਾਲਾ 10 ਵਜੇ ਸੇਵਾ ਕਰਦਾ ਤਿੰਨੇ ਅਸੀਂ ਫਿਰ ਤੁਸੀਂ ਲੰਗਰ ਛਕ ਕੇ ਜਾਇਆ ਕਰੋ ਘਰੇ ਸੇਵਾ ਖਾ ਕੇ ਘਰੋਂ ਖਾ ਕੇ ਜਾਇਆ ਕਰੋ ਜਾਣ ਕੇ ਖਾਂਦਾ ਉਹਦਾ ਕਾਲਾ ਤਾਂ ਦੁਪਹਿਰੇ ਰੋਟੀ ਖਾਂਦਾ ਤਾਂ ਕਰਕੇ ਲੇਟ ਜਾਂਦਾ ਇਹਨੂੰ 8:30 ਵਜੇ ਭੁੱਖ ਲੱਗਦੀ ਤਾਂ ਜਾਂਦਾ ਬਸ ਯਾਰ ਨਾ ਨੀਰਾ ਵੱਢੋ ਯਾਰ ਹਨਾ ਵੱਢ ਲਗੇ ਨੀਰਾ ਫਿਰ ਵੱਢੋ ਨਾ ਸਾਡਾ ਵੀ ਵੱਢ ਕੇ ਲੈ ਜਾਏ ਇੱਕ ਰੇੜੇ ਤੇ ਵੱਗ ਜੂਗਾ ਵੱਢੋ ਫਿਰ ਕਿਹੜਾ ਵੱਢਦਾ ਤੂੰ ਵੱਢੇਗਾ ਕਿ ਲੱਦੇਗਾ ਮਨਦੀਪ ਵੱਢੂਗਾ ਤੂੰ ਵੱਢੇਗਾ ਕਿ ਮੈਂ ਲੱਦੂ ਮੈਂ ਵੱਢੂ ਬਾਈ ਤੂੰ ਵੱਢੇਗਾ ਕਿ ਮੈਂ ਲੱਦੂ ਮੈਂ ਵੱਢੂ ਚੱਲ ਠੀਕ ਹੈ ਰੇਸ਼ਮਾ ਠੀਕ ਹੈ ਤੂੰ ਹਾਰਾ ਮੈਂ ਜਿੱਤਿਆ ਤੂੰ ਐ ਕਰ ਬਾਈ ਤੂੰ ਦਾਤੀ ਭਾਲ ਜਾ ਕੇ ਚਲੋ ਯਾਰ ਤੁਸੀਂ ਨਹੀਂ ਵੜਦੇ ਮੈਂ ਵੜਦਾ ਚਲੋ ਵੱਢੋ ਬਾਈ ਰੇਸ਼ਮਾ ਇੱਥੇ ਬੈਠਾ ਰਹੇ ਬੈਠਾ ਰਹੇ ਮਸਾ ਲੋਟ ਆਇਆ ਕੰਮ ਵੜਦਾ ਹਾਂ ਕੰਮ ਤਾਂ ਬਣਦੇ ਪੜੀ ਗਿਆ ਵੱਢੀ ਜਾਣਦੇ ਉਹਨੂੰ ਵੱਢੀ ਜਾਣਦੇ ਆਪਾਂ ਐ ਜੇ ਕਰੀ ਚੱਲ ਮਾੜੇ ਮਾੜੇ ਠੀਕ ਹੈ ਕੁਛ ਨਹੀਂ ਹੁੰਦਾ ਹਜੇ ਦਾ ਹੀ ਨਾ ਜਾਂਦੇ ਜਿਵੇਂ ਬੋਲ ਨੀ ਸੁਣਿਆ ਹੈਡਫੋਨ ਲਾ ਲਾ ਕਿੱਡੀ ਵਾਲੇ ਪੇਸ ਚੁੱਕਣ ਵਾਲੇ ਵੱਢ ਲੈਂਦੇ ਜਿੰਨਾ ਪੜਦਾ ਉਹ ਸਭ ਪਹਾੜ ਥੱਲੇ ਉੱਠ ਆਇਆ ਆਇਆ ਨੀ ਹੁੰਦਾ ਹੋਰ ਉੱਠ ਪਹਾੜ ਥੱਲੇ ਵੱਡੀ ਲੈਂਦੇ ਚੁੱਪ ਕਰ ਜਾ ਥਾਈ ਘੁੱਟ ਜਾ ਥਾਈ ਘੁੱਟ ਜਾ ਸਾਰੇ ਖੜੇ ਖੜੇ ਕਹਿੰਦੇ ਚੱਕ ਲਾ ਮੇਰਾ ਬੋਲ ਮਾਰੀ ਜਾਂਦਾ ਟੀਂਡੇ ਵੀ ਚੁੱਕਤੇ ਤੇ ਹੁਣ ਆਪਾਂ ਕਿੰਨਾ ਕੁ ਚਿਰ ਬੈਠੇ ਰਵਾਂਗੇ ਨੀਰਾ ਇਸੇ ਤੋਂ ਵਧਾਉਣਾ ਬਾਈ ਤੋਂ ਹੈ ਬਸਾਕ ਭਚਾਲ ਆ ਜੇ ਭਾਵੇਂ ਪਾਕਿਸਤਾਨ ਇੰਡੀਆ ਚ ਵੜ ਜਾ ਪਰ ਨੀਰਾ ਇਹਦਾ ਇਹ ਤਾਂ ਵੜਾਉਣਾ ਮਾਰੀ ਜਾਂਦੇ ਬੋਲ ਮਾਰੀ ਜਾਂਦੇ ਓ ਮਨਦੀਪ ਸੁਣੀ ਨਾ ਸੁਣੀ ਨਾ ਸੁਣਿਆ ਨੀ
ਆਪਾਂ ਕਹਿੰਦੇ ਸਾਨੂੰ ਸੁਣੇ ਹੀ ਨੀ ਸੁਣੇ ਹੀ ਨੀ ਚੱਕ ਲਾ ਵੇਸ਼ ਚੱਲੇ ਗਏ ਹੁਣ ਤਾਂ ਪੜ੍ਹ ਲੈ ਹੁੰਦੀ ਰਹਿਣੀ ਚੱਲ ਗਈ ਹੈ ਭਰਤੀ ਹੋਣੀ ਗੱਡੀ ਹੈ ਨਾ ਹਾਂ ਹੁਣ ਤਾਂ ਜਾ ਕੇ ਗੱਡੀ 'ਤੇ ਛਾਲਾਂ ਹੀ ਮਾਰਨ ਗਏ ਚੱਲ ਗਏ ਛਾਲਾਂ ਮਾਰ ਕੇ ਬਹਿ ਜਾ ਲੋਟ ਆਇਆ ਨਾ ਹਾਂ ਚੱਲ ਕੀ ਹੈ ਯਾਰ ਚੱਲ 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 ਗਏ ਹੁਣ ਤਾਂ ਛਾਲਾਂ ਹੀ ਮਾਰਨ ਗਏ ਲੋਕ ਲੋਕ ਕੇ ਹੌਲੀ ਹੌਲੀ ਦੇ ਸਾਹਮਣੇ ਹੋਈ ਦੇਗਾ ਬਸ ਆਪਾਂ ਛਾਲਾਂ ਹੀ ਮਾਰਨੇ ਰੇਡੀ ਬਠਿੰਡੇ ਵਾਲਾ ਗੱਭਰੂ ਨੀ ਬਾਕੀ ਰਹਿ ਗਏ ਹਾਲ ਪੁੱਛਦੇ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਨੀ ਬਾਕੀ ਰਹਿ ਗਏ ਹਾਲ ਪੁੱਛਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ